ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਸਰਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਦੇ ਦਰਸ਼ਨ ਕਰਨ ਆਏ ਹਾਂ ਜੀ। ਸੱਤਵੇਂ ਪਾਤਸ਼ਾਹ ਜੀ ਦਾ ਇਸ ਜਗ੍ਹਾ ਸੰਸਕਾਰ ਹੋਇਆ ਸੀ ਜੀ, ਤੇ ਅੱਠਵੇਂ ਪਾਤਸ਼ਾਹ ਜੀ ਦੀਆਂ ਦਿੱਲੀ ਤੋਂ ਅਸਥੀਆਂ ਲਿਆ ਕੇ ਇਸ ਜਗ੍ਹਾ ਜਲ ਪ੍ਰਵਾਹ ਕੀਤੀਆਂ ਗਈਆਂ ਸਨ ਜੀ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਨੇ ਜੀ ਇਸ ਸਥਾਨ ਦਾ ਨਾਂ ਪਤਾਲਪੁਰੀ ਸਾਹਿਬ ਰੱਖਿਆ ਸੀ ਜੀ। ਆ ਜੋ ਆਪਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ, ਵੀਡੀਓ ਨੂੰ ਲਾਈਕ ਕਰਿਓ ਜੀ। ਆਓ ਚੱਲੀਏ ਜੀ ਹੁਣ ਆਪਾਂ ਦਰਸ਼ਨਾਂ ਨੂੰ। ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਦਾ ਬੋਰਡ। ਗੁਰਦੁਆਰਾ ਸਾਹਿਬ ਦੀ ਸਟਾਰਟਿੰਗ ਵਿੱਚ ਹੀ ਆਪਾਂ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਪਾਰਕਿੰਗ ਲਈ ਸਪੇਸ ਬਣੀ ਹੋਈ ਹੈ ਜੀ, ਇਸ ਸਾਈਡ ਵੀ। ਯਾਨੀ ਪਾਰਕਿੰਗ ਕਰਨ ਦੇ ਵਿੱਚ, ਵਹੀਕਲ ਪਾਰਕ ਕਰਨ ਦੇ ਵਿੱਚ ਆਪਾਂ ਨੂੰ ਕੋਈ ਮੁਸ਼ਕਿਲ ਇਸ ਸਥਾਨ ਉੱਪਰ ਨਹੀਂ ਆਉਂਦੀ ਜੀ। ਸਾਹਮਣੇ ਕਕਾਰ ਪਏ ਨੇ ਜੀ, ਭਾਂਡੇ ਪਏ ਨੇ ਜਿੱਥੋਂ ਆਪਾਂ ਆਪਣੀ ਲੋੜ ਅਨੁਸਾਰ ਕੁਛ ਲੈ ਸਕਦੇ ਹਾਂ ਜੀ। ਇਹ ਹੈ ਜੀ ਸਥਾਨ, ਬਹੁਤ ਜ਼ਿਆਦਾ ਇੱਥੇ ਵੀ ਹਰਿਆਲੀ ਹੈ ਇਸ ਸਥਾਨ ਉੱਪਰ ਜੀ। ਇਸ ਜਗ੍ਹਾ ਉੱਪਰ ਹੱਥ ਪੈਰ ਧੋਣ ਉਪਰੰਤ ਆਪਾਂ ਜਾ ਸਕਦੇ ਹਾਂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜੀ। ਆਓ ਜੀ ਚੱਲੀਏ। ਇਹ ਹੈ ਜੀ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ ਇਸ ਸਥਾਨ ਉੱਪਰ ਜੀ। ਇਹ ਹੈ ਜੀ ਅੱਜ ਦਾ ਹੁਕਮਨਾਮਾ ਸਾਹਿਬ। ਆਪਾਂ ਸਭ ਨੇ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹਨ ਜੀ। ਆਓ ਹੁਣ ਆਪਾਂ ਚੱਲਦੇ ਹਾਂ ਉਸ ਸਥਾਨ ਉੱਪਰ ਜੀ ਜਿੱਥੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ। ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਚੈਨਲ 'ਤੇ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਬਹੁਤ ਵੱਡਾ, ਬਹੁਤ ਹੀ ਵਧੀਆ ਇਹ ਸਥਾਨ ਬਣਿਆ ਹੋਇਆ ਜੀ, ਬਹੁਤ ਸੋਹਣਾ ਸਥਾਨ ਹੈ। ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਪਾਰਕ ਬਣੀ ਹੋਈ ਹੈ, ਅਤੇ ਗੁਰਦੁਆਰਾ ਸਾਹਿਬ ਦੀ ਦਿੱਖ ਨੂੰ ਹੋਰ ਵਧੀਆ ਕਰਨ ਦੇ ਲਈ, ਹੋਰ ਰੁਸ਼ਨਾਉਣ ਦੇ ਲਈ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਜੀ ਇਸ ਸਥਾਨ ਉੱਪਰ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪਾਰਕ ਹੈ, ਸਰਦੀਆਂ ਦੇ ਮਹੀਨਿਆਂ ਵਿੱਚ ਧੁੱਪਾਂ ਹੇਠ ਆਪਾਂ ਬੈਠ ਸਕਦੇ ਹਾਂ ਜੀ, ਅਤੇ ਗਰਮੀਆਂ 'ਚ ਆਪਾਂ
ਰੁੱਖਾਂ ਦੀ ਛਾਂ ਹੇਠ ਬੈਠ ਸਕਦੇ ਹਾਂ। ਬਹੁਤ ਵੱਡਾ ਸਥਾਨ ਹੈ ਜੀ ਇਹ। ਸਾਹਮਣੇ ਬਣਿਆ ਹੋਇਆ ਜੀ ਜੋੜਾ ਘਰ, ਜਿੱਥੇ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ। ਜੋੜਾ ਘਰ ਦੇ ਨਾਲ ਹੀ ਬਣਿਆ ਹੋਇਆ ਜੀ ਲੰਗਰ ਹਾਲ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਅਨੰਦਪੁਰ ਸਾਹਿਬ, ਅਨੰਦਗੜ੍ਹ ਦੇ ਕਿਲੇ ਅਤੇ ਹੋਰ ਬਹੁਤ ਸਾਰੇ ਸਥਾਨ ਜੋ ਕਿ ਅਨੰਦਪੁਰ ਸਾਹਿਬ ਦੀ ਧਰਤੀ ਹੇਠ ਹਨ ਉੱਤੇ ਸਥਿਤ ਹਨ, ਉਹਨਾਂ ਦੇ ਆਪਾਂ ਦਰਸ਼ਨ ਕੀਤੇ ਸਨ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਸਾਡੇ ਚੈਨਲ ਉੱਪਰ ਦੇਖ ਸਕਦੇ ਹੋ ਜੀ। ਵੀਡੀਓ ਥੱਲੇ ਡਿਸਕ੍ਰਿਪਸ਼ਨ 'ਚ ਲਿੰਕ ਵੀ ਦਿੱਤਾ ਹੋਇਆ, ਤੁਸੀਂ ਉੱਥੋਂ ਵੀਡੀਓਜ਼ ਦੇਖ ਸਕਦੇ ਹੋ। ਉਸ ਤੋਂ ਪਹਿਲਾਂ ਜੀ ਅਸੀਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਸਨ ਜੋ ਕਿ ਮਹਾਰਾਸ਼ਟਰ ਵਿਖੇ ਹੈ। ਜੇਕਰ ਤੁਸੀਂ ਉਹ ਵੀਡੀਓ ਦੇਖਣੀ ਹੈ ਤਾਂ ਸਾਡੇ ਚੈਨਲ 'ਤੇ ਤੁਸੀਂ ਜਾ ਕੇ ਉਹਨਾਂ ਵੀਡੀਓਜ਼ ਨੂੰ ਵੀ ਦੇਖ ਸਕਦੇ ਹੋ ਜੀ। ਅਸੀਂ 5 ਤਖ਼ਤ ਕਵਰ ਕੀਤੇ ਨੇ ਅਤੇ ਪਟਨਾ ਸਾਹਿਬ ਦੀ ਸਾਡੀ ਵੀਡੀਓ ਰਹਿੰਦੀ ਹੈ, ਉਹ ਵੀ ਅਸੀਂ ਜਲਦ ਹੀ ਆਪਣੇ ਚੈਨਲ 'ਤੇ ਲਿਆਵਾਂਗੇ। ਜੇਕਰ ਤੁਸੀਂ ਹੋਰ ਸਥਾਨ ਦੇਖਣੇ ਚਾਹੁੰਦੇ ਹੋ ਜਿਵੇਂ ਕਿ ਦਿੱਲੀ ਦੇ ਸਥਾਨ, ਤਾਂ ਉਹ ਵੀ ਸਾਡੇ ਚੈਨਲ ਉੱਪਰ ਵੀਡੀਓਜ਼ ਉਪਲਬਧ ਨੇ ਜੀ, ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ। ਆਪਣੇ ਕਿਸੇ ਵੀ ਸਾਕ ਸੰਬੰਧੀ ਦੀ ਜਾਂ ਜੀ ਕਿਸੇ ਰਿਸ਼ਤੇਦਾਰ ਦੀ ਜਾਂ ਪਰਿਵਾਰਕ ਮੈਂਬਰ ਦੀ ਕਿਸੇ ਦੀ ਵੀ ਡੈਥ ਹੋ ਜਾਂਦੀ ਆ, ਮੌਤ ਹੋ ਜਾਂਦੀ ਆ, ਤਾਂ ਉਹਨਾਂ ਦੀਆਂ ਆਸਤੀਆਂ ਨੂੰ ਅੰਗੀਠਾ ਸਾਹਿਬ ਨੂੰ ਜੀ ਇਸ ਜਗ੍ਹਾ ਜਲ ਪ੍ਰਵਾਹ ਕੀਤਾ ਜਾਂਦਾ ਆ ਜੀ। ਇਹ ਉਹ ਜਗ੍ਹਾ ਬਣੀ ਹੋਈ ਆ ਜੀ, 7ਵੇਂ ਪਾਤਸ਼ਾਹ ਜੀ ਦਾ ਇਸ ਜਗ੍ਹਾ ਸੰਸਕਾਰ ਹੋਇਆ ਸੀ ਅਤੇ 8ਵੇਂ ਪਾਤਸ਼ਾਹ ਜੀ ਦੇ ਫੁੱਲ ਆਸਤੀਆਂ ਜੀ ਇਸ ਜਗ੍ਹਾ ਜਲ ਪ੍ਰਵਾਹ ਕੀਤੀਆਂ ਗਈਆਂ ਸਨ ਜੀ। ਇਹ ਉਹ ਸਥਾਨ ਆ ਜੀ, ਤੁਸੀਂ ਦੇਖ ਸਕਦੇ ਹੋ ਜੀ। ਆਪਣੇ ਵੀ ਜਦੋਂ ਕਿਸੇ ਰਿਸ਼ਤੇਦਾਰ ਸਾਕ ਸੰਬੰਧੀ ਦੀ ਡੈਥ ਹੋ ਜਾਂਦੀ ਆ ਤਾਂ ਉਸਦੀਆਂ ਆਸਤੀਆਂ ਇਸ ਜਗ੍ਹਾ ਜੀ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ ਜੀ। ਇਹ ਉਹ ਜਗ੍ਹਾ ਜੀ ਬਣੀ ਹੋਈ। ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਧ ਸੰਗਤ ਨੂੰ ਕੁਝ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ, ਤੁਸੀਂ ਆਪਣੀ ਸਕਰੀਨ 'ਤੇ ਪੜ੍ਹ ਸਕਦੇ ਹੋ। ਇਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ। ਆਓ ਜੀ ਹੁਣ ਆਪਾਂ ਚੱਲਦੇ ਹਾਂ ਗੁਰੂ ਕੇ ਲੰਗਰਾਂ ਵੱਲੋਂ। ਬਣੇ ਰਹੇ ਸਾਡੇ ਨਾਲ ਜੀ ਪੂਰੀ ਵੀਡੀਓ ਦੇ ਅੰਤ ਤੱਕ। ਇਹ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਵਿੱਚ ਲੰਗਰ ਹਾਲ। ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਮ੍ਰਿਤਕ ਪ੍ਰਾਣੀ ਦੇ ਨਾਮ ਦਰਜ ਕਰਵਾਏ ਜਾਂਦੇ ਨੇ ਜੀ ਇਸ ਸਥਾਨ ਉੱਪਰ। ਉਹ ਕਿਸ ਸਥਾਨ 'ਤੇ ਕੀਤੇ ਜਾਂਦੇ ਨੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ, ਅਤੇ ਕਿਸ ਸਮੇਂ ਤੋਂ ਬਾਅਦ ਯਾਨੀ ਕਿੰਨੇ ਸਮੇਂ ਤੋਂ ਬਾਅਦ ਮ੍ਰਿਤਕ ਪ੍ਰਾਣੀ ਦਾ ਸਰਟੀਫਿਕੇਟ ਮਿਲ ਜਾਂਦਾ ਤੁਹਾਨੂੰ ਉਹ ਵੀ ਦੱਸਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ। ਪਰਲੋਕ ਸੁਧਾਰ ਚੁੱਕੇ ਪ੍ਰਾਣੀਆਂ ਦਾ ਜੀ ਇਸ ਜਗ੍ਹਾ ਨਾਮ ਦਰਜ ਕਰਵਾਇਆ ਜਾਂਦਾ ਆ ਜੀ। ਪਹਿਲਾਂ ਸਰਟੀਫਿਕੇਟ ਮਿਲਣ ਦੇ ਵਿੱਚ ਦੇਰੀ ਹੁੰਦੀ ਸੀਗੀ ਜੀ, ਪਰ ਹੁਣ ਸਰਟੀਫਿਕੇਟ ਨਾਲ ਦੀ ਨਾਲ ਜੀ ਦੇ ਦਿੱਤਾ ਜਾਂਦਾ ਆ। ਜਦੋਂ ਆਪਾਂ ਅਸਥੀਆਂ ਫੁੱਲ ਜਲ ਪ੍ਰਵਾਹ ਕਰਦੇ ਹਾਂ ਉਦੋਂ ਨਾਲ ਦੀ ਨਾਲ ਜੀ ਸਰਟੀਫਿਕੇਟ ਵੀ ਤੁਹਾਨੂੰ ਮਿਲ ਜਾਂਦਾ ਆ ਜੀ ਇਸ ਜਗ੍ਹਾ ਦੇ ਉੱਤੋਂ ਜੀ। ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਜੀ ਭਾਈ ਘਨੱਈਆ ਜੀ ਮੁੱਢਲੀ ਸਹਾਇਤਾ ਕੇਂਦਰ ਜੀ ਫ੍ਰੀ ਡਿਸਪੈਂਸਰੀ ਵੀ ਇਸ ਸਥਾਨ ਦੇ ਉੱਤੇ ਚਲਾਈ ਜਾਂਦੀ ਆ ਜੀ। ਜੇ ਕਿਸੇ ਲੋੜਵੰਦ ਨੇ ਜੀ ਕੋਈ ਮੈਡੀਸਨ ਦਵਾਈ ਲੈਣੀ ਹੋਵੇ ਤਾਂ ਇਸ ਜਗ੍ਹਾ ਤੋਂ ਜੀ ਫ੍ਰੀ ਮੈਡੀਸਨ ਦਵਾਈ ਲੈ ਸਕਦਾ ਆ ਜੀ। ਇਹ ਆ ਜੀ ਇਸ ਜਗ੍ਹਾ ਡਿਸਪੈਂਸਰੀ ਜੀ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਉੱਪਰ
ਯਾਤਰੀ ਨਿਵਾਸ ਇਸ ਸਥਾਨ ਦੇ ਉੱਪਰ ਬਣਿਆ ਹੋਇਆ ਜੀ। ਜਿੱਥੇ ਆਪਾਂ ਕੋਈ ਕਮਰਾ ਲੈਣਾ ਹੋਵੇ ਜਾਂ ਰਿਹਾਇਸ਼ ਕਰਨੀ ਹੋਵੇ ਤਾਂ ਆਪਾਂ ਕਰ ਸਕਦੇ ਹਾਂ ਜੀ। ਇਹ ਬਣਿਆ ਹੋਇਆ ਜੀ ਯਾਤਰੀ ਨਿਵਾਸ ਇਸ ਸਥਾਨ ਉੱਪਰ ਜੀ। ਜੇਕਰ ਤੁਸੀਂ ਰਾਤ ਸਮੇਂ ਜੀ ਆਸਤੀਆਂ ਲੈ ਕੇ ਉਰੇ ਪਹੁੰਚਦੇ ਹੋ ਜਾਂ ਲੇਟ ਹੋ ਜਾਂਦੇ ਹੋ ਤਾਂ ਇਸ ਜਗ੍ਹਾ ਦੇ ਉੱਤੇ ਜੀ ਤੁਸੀਂ ਆਸਤੀਆਂ ਨੂੰ ਰੱਖ ਸਕਦੇ ਹੋ ਜੀ। ਇਹ ਬਣਿਆ ਹੋਇਆ ਜੀ, ਤੁਸੀਂ ਪੜ੍ਹ ਸਕਦੇ ਹੋ, ਰਾਤ ਸਮੇਂ ਆਸਤੀਆਂ ਇਸ ਜਗ੍ਹਾ ਰੱਖੋ ਜੀ। ਅਤੇ ਇਹ ਬਣਿਆ ਹੋਇਆ ਇਹਦੇ ਨਾਲ ਜੀ ਯਾਤਰੀ ਨਿਵਾਸ, ਬਹੁਤ ਵੱਡਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ ਦੇ ਉੱਤੇ ਬਣਿਆ ਹੋਇਆ ਇਹ ਯਾਤਰੀ ਨਿਵਾਸ ਆ ਜੀ। ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਬਹੁਤ ਵੱਡਾ ਖੁੱਲ੍ਹਾ ਹਵਾਦਾਰ ਅਤੇ ਦਰੱਖਤਾਂ ਨਾਲ ਹਰਿਆ ਭਰਿਆ ਜੀ ਇਹ ਯਾਤਰੀ ਨਿਵਾਸ ਬਣਿਆ ਹੋਇਆ ਜੀ। ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਸਾਹਿਬ ਵੀ ਬਣਿਆ ਹੋਇਆ ਜੀ, ਜਿੱਥੇ ਆਪਾਂ ਆਪਣੇ ਤਨ ਦਾ ਇਸ਼ਨਾਨ ਕਰ ਸਕਦੇ ਹਾਂ ਜੀ। ਸਰੋਵਰ ਦੀ ਸਫਾਈ ਦਾ ਕੰਮ ਚੱਲ ਰਿਹਾ ਜੀ। ਹੁਣ ਆਪਾਂ ਜਿਹੜੇ ਸਥਾਨਾਂ ਦੇ ਦਰਸ਼ਨ ਕਰ ਰਹੇ ਹਾਂ ਜੀ, ਇਹ ਸਾਰੇ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਕਵਰ ਕੀਤੇ ਨੇ। ਜੇਕਰ ਤੁਸੀਂ ਇਹਨਾਂ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਪੂਰੀ ਪਲੇਲਿਸਟ ਸਾਡੇ ਚੈਨਲ 'ਤੇ ਬਣੀ ਹੋਈ ਹੈ, ਤੁਸੀਂ ਉਹ ਸਾਰੀ ਪਲੇਲਿਸਟ ਜਾ ਕੇ ਦੇਖ ਸਕਦੇ ਹੋ ਅਤੇ ਇਹਨਾਂ ਸਥਾਨਾਂ ਦੇ ਵੀ ਦਰਸ਼ਨ ਕਰ ਸਕਦੇ ਹੋ। ਬਹੁਤ ਹੀ ਮਹੱਤਵਪੂਰਨ ਸਥਾਨ ਨੇ ਜੀ ਅਤੇ ਇਤਿਹਾਸਕ ਸਥਾਨ ਨੇ ਅਨੰਦਪੁਰ ਸਾਹਿਬ ਦੇ ਵਿੱਚ ਜੀ, ਤੁਸੀਂ ਇਹਨਾਂ ਨੂੰ ਜ਼ਰੂਰ ਦੇਖਿਓ ਅਤੇ ਕੋਈ ਵੀ ਸਥਾਨ ਨੂੰ ਮਿਸ ਨਾ ਕਰਿਓ ਜੀ। ਸਭਨੇ ਮਿਲ ਕੇ ਜੀ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਦੇ ਦਰਸ਼ਨ ਕਰ ਲਏ ਹਨ ਜੀ। ਹੁਣ ਆਪਾਂ ਮਿਲਾਂਗੇ ਨਵੇਂ ਸਥਾਨ ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।